ਪੇਸ਼ ਹੈ ਰਚਨਾ ਫੁਰਦੀ ਕਰੂੰਵਲ ਪੁਸਤਕ ਵਿੱਚੋਂ ਚੜ੍ਹਦੇ ਨੂੰ ਸਲਾਮ, ਜੋ ਮੇਰੇ ਅਜੀਜ਼ ਵਿਦਿਆਰਥੀ ਧਰਮਪ੍ਰੀਤ ਕੌਰ ਸੰਧੂ ਦੀ ਲਿਖੀ ਹੋਈ ਹੈ। ਰਚਨਾ ਦਾ ਟਾਈਟਲ ਹੈ ਚੜ੍ਹਦੇ ਨੂੰ ਸਲਾਮ। ਮਾੜੇ 'ਤੇ ਤਾਂ ਰੱਬ ਵੀ ਹੱਸਦਾ, ਚੰਗੇ ਨਾਲ ਸੰਸਾਰ, ਭੁੱਖ ਵੀ ਕੈਸੀ ਚੀਜ਼ ਹੈ ਰੱਬਾ, ਲੋਕੀ ਹੋਏ ਬੇਹਾਲ, ਲੋਕੀ ਹੋਏ ਬੇਹਾਲ। ਚੜ੍ਹਦੇ ਨੂੰ ਤਾਂ ਕਰੇ ਸਲਾਮਾਂ, ਮਾੜੇ ਨੂੰ ਸਵਾਲ, ਸਾਰੀ ਬਣਤਰ ਤੇਰੀ ਇਹ ਹੈ, ਫਿਰ ਵਿੱਚ ਕਿਉਂ ਫਰਕ ਸੰਸਾਰ। ਨਫ਼ਰਤ ਕਿੰਨੀ ਭਰ ਗਈ ਲੋਕਾਂ 'ਚ, ਨਫ਼ਰਤ ਕਿੰਨੀ ਭਰ ਗਈ ਲੋਕਾਂ 'ਚ, ਨਾ ਰਿਹਾ ਕੋਈ ਦਾਨੀ, ਚਾਰੇ ਪਾਸੇ ਕਾਲ ਹੀ ਦਿਸਦਾ, ਸੁੱਕ ਗਏ ਨਦੀਆਂ ਦੇ ਪਾਣੀ, ਚਾਰੇ ਪਾਸੇ ਕਾਲ ਹੀ ਦਿਸਦਾ, ਸੁੱਕ ਗਏ ਨਦੀਆਂ ਦੇ ਪਾਣੀ। ਭਰਿਆਂ ਨੂੰ ਹੀ ਰੱਬ ਭਰਦਾ, ਕਿਉਂ ਮਾੜੇ ਤੋਂ ਮਿੰਨਤਾਂ ਕਰਵਾਈ, ਜੋ ਮੰਗੇ ਨੂੰ ਦਿੰਦਾ ਦਾਤਿਆ, ਕਿਉਂ ਹੁੰਦੀ ਗਰੀਬ ਦੇ ਰੂਹ ਤੜਫਾਈ। ਰੱਬ ਦਾ ਸਭ ਦਾ ਸਾਂਝਾ ਹੁੰਦਾ, ਰੱਬ ਦਾ ਸਭ ਦਾ ਸਾਂਝਾ ਹੁੰਦਾ, ਇਨਸਾਨ ਕੀ ਨੀਵਾਂ ਕੀ ਉੱਚਾ, ਮੌਤ ਤਾਂ ਮਹਿਲਾਂ 'ਚ ਵਿੱਚੋਂ ਵੀ ਕੱਢ ਲਿਆਉਂਦੀ, ਬੰਦਾ ਕੀ ਮਾੜਾ ਕੀ ਸੁੱਚਾ, ਬੰਦਾ ਕੀ ਮਾੜਾ ਕੀ ਸੁੱਚਾ। ਸ਼ੁਕਰੀਆ, ਮਿਹਰਬਾਨੀ।